ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਨਾਲ ਨਮਸਕਾਰ ਜੀ। ਅੱਜ ਤੁਹਾਨੂੰ ਆਪਾਂ ਦੱਸਾਂਗੇ ਕਿ ਜਿਹੜਾ 6 ਕਲੀਆਂ ਵਾਲਾ ਪੇਟਿੰਗ ਹੁੰਦਾ ਔਰ ਇਹ ਤੁਹਾਨੂੰ ਪੂਰੀ ਕਟਿੰਗ ਅਤੇ ਪੂਰੀ ਸਟਿਚਿੰਗ ਦੱਸਾਂਗੇ ਕਿੱਦਾਂ ਕਰੀਦੀ ਹੈ। ਇੱਕ ਇੱਕ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਅਤੇ ਵੀਡੀਓ ਧਿਆਨ ਨਾਲ ਦੇਖਿਓ ਅਤੇ ਜੇ ਕੋਈ ਸਮਝਣ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਕਮੈਂਟ ਆਉਣ ਨਾਲ ਸਾਡੇ ਕਿਤੇ ਮਨ ਦਾ ਹੌਸਲਾ ਹੁੰਦਾ ਵਾ, ਬੜੀ ਖੁਸ਼ੀ ਹੁੰਦੀ ਮਨ ਨੂੰ। ਅਤੇ ਆਓ ਹੁਣ ਆਪਾਂ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਇਹ ਦੇਖ ਲਓ ਜੀ, ਪੇਟੀਕੋਟ ਦਾ ਕੱਪੜਾ ਵਾ, ਲੀਜੀ ਪੀਜੀ ਦਾ ਇਹ ਹੁੰਦਾ, ਉਹਨੂੰ ਕਹਿੰਦੇ ਕੱਪੜੇ ਦਾ ਨਾਮ ਆ। ਅਤੇ ਤੁਹਾਨੂੰ ਆਪਾਂ ਮਿਣਕੇਰਾ ਦੱਸ ਦਿੰਦੇ ਹਾਂ। ਇਹ ਦੇਖੋ, ਇਹ ਹੋ ਗਿਆ 2 ਮੀਟਰ, 2 ਮੀਟਰ ਅਤੇ 16 ਇੰਚ ਹੈ ਕੱਪੜਾ, ਬਾਕਿ 2.5 ਮੀਟਰ ਤੋਂ ਘੱਟ ਹੈ। ਇਹਦਾ ਜਿਹੜਾ ਬਾਰ ਹੁੰਦਾ ਵਾ 17 ਇੰਚ ਹੁੰਦਾ ਵਾ, ਬਾਕਿ ਟੋਟਲ 34 ਇੰਚ ਹੁੰਦਾ ਵਾ ਇਹਦਾ ਬਾਰ। ਇਹ ਦੇਖੋ ਪਤਾ ਪਤਾ ਮਿਲ ਗਿਆ, ਦਿਨੇ ਹਾਫ 17 ਇੰਚ ਅਤੇ ਟੋਟਲ 34 ਇੰਚ ਬਾਰ ਹੁੰਦਾ ਵਾ। ਇਹ ਆ ਜਿਹੜਾ ਆਪਾਂ ਤੁਹਾਨੂੰ ਦੱਸਣ ਦਿਆਂ ਹੈਵੀ ਸਾਈਜ਼ ਦਾ, ਤੁਹਾਨੂੰ ਦੱਸਣ ਦਿਆਂ ਪੇਟੀਕੋਟ। ਤੁਹਾਨੂੰ ਇਹ ਡਿਸਪਲੇ 'ਤੇ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਇਹਦਾ ਮਾਪ, ਲੰਬਾਈ ਜਿਹੜੀ ਕਿੰਨੀ ਆ, ਕਮਰ ਜਿਹੜੀ ਤਿਆਰ ਆ, ਜਿਹੜੀ ਤੁਹਾਨੂੰ ਦੱਸਣ ਨਜ਼ਰ ਆਉਂਦੀ ਦੀ ਆ, 52 ਇੰਚ ਤਿਆਰ ਆ ਕਮਰ ਜਿਹੜੀ। ਇਹਦੀਆਂ ਆਪਾਂ ਜਿਹੜੀਆਂ ਤੁਹਾਨੂੰ ਚਾਰ ਤਾਵਾਂ ਤੈਅ ਕਰਕੇ ਦੱਸਦੀਆਂ ਮੈਂ, ਇੱਧਰ ਬੰਦ ਸਾਈਡ ਆ ਅਤੇ ਉੱਧਰੋਂ ਚਾਰ ਕਿਨਾਰੇ ਜੇ ਕੰਨੀ ਵਾਲੇ ਪੰਨੇ, ਇੱਧਰ ਸਾਈਡ ਆ ਚਾਰੇ ਹੀ, ਇਹਨੂੰ ਇੱਧਰ ਕਰਕੇ ਤੁਸੀਂ ਇਹਨੂੰ ਵਿਛਾ ਲੈਣਾ ਵਾ। ਇਹ ਉੱਤੋਂ 2 ਇੰਚ ਵਾਲਾ ਬੈਲਟ ਲੱਗੇਗਾ ਅਤੇ 2 ਇੰਚ ਆਪਾਂ ਉੱਤੋਂ ਛੱਡ ਗਏ। ਆ ਦੇਖੋ ਸਿਲਾਈ ਦਾ ਆਪਾਂ ਮਾਰਜਨ ਥੱਲੇ ਥੱਲੇ ਰੱਖ ਲਿਆ ਵਾ, 2 ਇੰਚ ਦਾ ਰੱਖ ਲੈਣਾ ਤੁਸੀਂ ਇੰਚ ਟੇਪ, ਅਤੇ ਇੱਥੋਂ ਤੁਸੀਂ ਲੰਬਾਈ ਦਾ ਮਾਪ ਲਾ ਲੈਣਾ ਵਾ, 37 ਇੰਚ ਤਿਆਰ ਹੈ ਅਤੇ 2.5 ਇੰਚ ਵਧਾ ਕੇ ਤੁਸੀਂ ਲਗਾ ਲੈਣਾ, 39.5 'ਤੇ ਲਗਾ ਲੈਣਾ ਵਾ। ਇਹ ਬੁਕਰ ਵਾਲਾ ਆਪਾਂ ਬਣਾਉਣਾ ਥੱਲੇ ਪਲਾ, ਸੋਰੀ ਪੇਟੀਕੋਟ 2 ਇੰਚ ਉੱਪਰ ਵਧਾ ਕੇ ਅਤੇ ਥੱਲੇ ਆਪਾਂ ਨਿਸ਼ਾਨ ਲਗਾ ਲੈਣਾ 2.5 ਇੰਚ ਵਧਾ ਕੇ, 37 ਇੰਚ ਲੰਬਾਈ ਟੋਟਲ। ਆਪਾਂ ਇਹਨਾਂ ਕਮਰ ਦਾ ਲਵਾਂਗੇ, ਜਿੱਦਾਂ 51 ਇੰਚ ਕਮਰ ਆ ਸਾਡੀ ਲੂਜ਼ ਪਾ ਕੇ ਤਿਆਰ ਹੈ, ਅਤੇ ਚੌਥਾ ਭਾਗ ਲਵਾਂਗੇ 6×24 ਅਤੇ 5×26 26 ਇੰਚ, ਮਤਲਬ ਕਿ ਕਮਰ ਆ ਜਾਏਗੀ ਇੱਕ ਸਾਈਡ 26 ਦੀ ਅਤੇ 26 ਹੋ ਗਈ 52 ਇੰਚ। ਆਪਾਂ ਕਮਰ ਜਦੋਂ ਲੈਣੀ ਹੈ ਕਟਾਈ ਦੀ ਵਧਾ ਕੇ ਕੱਢਣੀ ਆ, 6.5 ਹੋ ਗਿਆ ਸੀ ਤਾਂ ਅੱਗੋਂ ਸਿਲਾਈ ਦਾ ਅੱਗੇ ਆਪਾਂ ਮਾਰਜਨ ਰੱਖ ਲੈਣਾ ਵਾ 1/2 ਇੰਚ, ਅਤੇ ਉੱਧਰੋਂ ਇੱਥੇ ਆਪਾਂ ਇਹ ਘੇਰਾ ਵਾ, ਦੂਜੀ ਸਾਈਡ ਹੈਗਾ ਘੇਰਾ 9.5 ਹੈ, 9×36 37 38 38 ਇੰਚ ਘੇਰਾ ਆਜੂਗਾ ਥੱਲੋਂ, ਇਹਦਾ 38 ਇੰਚ ਦਾ ਘੇਰਾ ਇੰਨਾ ਵਾ ਥੱਲੋਂ, ਅਤੇ ਇੱਥੋਂ ਆਪਾਂ ਰੱਖਿਆ 6.5 ਅਤੇ 1/2 ਇੰਚ ਵਧਾ ਕੇ ਰੱਖ ਲਿਆ, 7 ਇੰਚ ਟੋਟਲ ਰੱਖਣਾ ਵਾ ਜਦੋਂ ਤੱਕ ਕਮਰ ਦਾ ਵਾ। ਇਸੇ ਤਰ੍ਹਾਂ ਤੁਹਾਨੂੰ ਦੂਸਰੇ ਸਾਈਡ ਇੱਧਰੋਂ 7 ਇੰਚ ਕਿਨਾਰੀ ਵਾਲਾ ਉੱਧਰੋਂ ਸਿਲਾਈ ਦਾ ਛੱਡ ਲੈਣਾ ਵਾ, ਅਤੇ ਇੱਥੋਂ 7 ਇੰਚ ਆਪਾਂ ਨਿਸ਼ਾਨ ਇੱਧਰੋਂ ਵੀ ਲਾ ਲੈਣਾ, ਉੱਧਰੋਂ ਇਹ ਨਿਸ਼ਾਨ 'ਤੇ ਰੱਖ ਕੇ, ਅਤੇ ਉਹ ਨਿਸ਼ਾਨ 'ਤੇ ਰੱਖ ਕੇ ਆਪਾਂ ਇਹਨੂੰ ਦੱਗ ਕੇ ਨਿਸ਼ਾਨ ਲਗਾ ਲੈਣਾ ਵਾ। ਇਹਨੂੰ ਇੱਦਾਂ ਕਰਕੇ ਨਿਸ਼ਾਨ ਲਗਾ ਲੈਣਾ ਵਾ। ਇਹ ਦੇਖ ਲਓ, ਇੱਥੋਂ ਨਿਸ਼ਾਨ ਲਾ ਕੇ ਇੱਦਾਂ ਕਰਕੇ ਇਹਨੂੰ ਇੰਚ ਟੇਪ ਲਾ ਕੇ ਨਿਸ਼ਾਨ ਲਗਾ ਲੈਣਾ ਵਾ। ਉਸ ਤੋਂ ਬਾਅਦ ਚੋਂ ਥੱਲੇ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਲੰਬਾਈ ਦਾ, ਇਹਨੂੰ ਪਹਿਲਾਂ ਆਪਾਂ ਕੱਟ ਲਾਂਗੇ। ਇਹਨੂੰ ਕੱਟ ਕੇ ਅਤੇ ਇਹਨੂੰ ਇੱਦਾਂ ਕਰਕੇ ਇਹਨੂੰ ਵਿਛਾ ਕੇ, ਚਾਹੇ ਸਿੱਧਾ ਵੀ ਤੁਸੀਂ ਕੱਟ ਸਕਦੇ ਹੋ ਜਿੱਦਾਂ ਨਿਸ਼ਾਨ ਲਾਇਆ, ਚਾਹੇ ਇਹਨੂੰ ਇੱਦਾਂ ਕੱਪੜੇ ਨੂੰ ਪਲਟਾ ਕੇ ਵੀ ਇੱਦਾਂ ਕੱਟ ਸਕਦੇ ਹੋ ਜਿੱਦਾਂ ਮੈਂ ਕੱਟਣ ਦਿਆਂ ਵਾ। ਇੱਕ ਜਿੱਥੇ ਨਿਸ਼ਾਨ ਲਾਇਆ ਉੱਧਰੋਂ ਕੱਪੜਾ ਫੜ ਲੈਣਾ, ਉੱਧਰੋਂ ਫੜ ਕੇ ਇਹਨੂੰ ਇੱਦਾਂ ਕਰਕੇ ਕੱਟ ਲੈਣਾ ਵਾ। ਇਹ ਸਾਡੀਆਂ ਬਣਨੀਆਂ 6 ਕਲੀਆਂ, 3 ਸਾਹਮਣੇ ਆਉਣਗੀਆਂ, 3 ਆਉਣਗੀਆਂ ਪਿੱਛੇ।
ਇਹਨੂੰ ਇਹਦੇ ਉੱਤੇ ਰੱਖ ਕੇ ਕਲੀਆਂ ਨੂੰ ਦੇਖੋ ਇੱਥੇ ਕਲੀਆਂ ਰੱਖ ਕੇ ਇੱਧਰੋਂ ਥੋੜ੍ਹੀ ਜਿਹੀ ਇਹਨੂੰ ਗਲਾਈ ਦੇ ਦੇਣੀ, ਥੋੜ੍ਹੀ ਜਿਹੀ ਦੇ ਦੇਣੀ ਇੱਧਰੋਂ। ਰੇਪ ਵਾਲੀ ਸਾਈਡ ਤੋਂ ਮੈਂ ਗਲਾਈ ਦਿੱਤੀ ਆ ਉੱਧਰੋਂ ਥੋੜ੍ਹੀ। ਇਹ ਦੇਖੋ ਸੈਂਟਰ 'ਚ ਪੀਸ ਆ ਜਾਣਾ ਵਾ ਅਤੇ ਸਾਈਡਾਂ ਦੇ ਇੱਕ ਇੱਕ ਕਲੀ ਆ ਜਾਣੀ ਆ, ਜਿਹਨਾਂ ਨਾਲ ਜਿਹੜਾ ਸਾਹਮਣਾ ਹਿੱਸਾ ਬਣ ਜਾਏਗਾ ਅਤੇ ਇੱਕ ਕਲੀ ਉੱਧਰ ਆ ਜਾਣੀ ਆ। ਇਹ ਸਾਹਮਣੀ ਸਾਈਡ ਹੋ ਜਾਏਗੀ ਅਤੇ ਇੱਕ ਨਾਲ ਦੀ ਬੈਕ ਆ ਜਾਏਗੀ। ਇਹ ਜੇ ਤੁਸੀਂ ਜੋੜਨਾ ਵਾ ਰੇਪ ਨਾਲ, ਇੱਕ ਸਿੱਧਾ ਪੰਨਾ ਜੋੜਨਾ ਵਾ, ਇੱਕ ਰੇਪ ਜੋੜਨਾ ਵਾ। ਜਿਹੜਾ ਖਿੱਚੋ ਅਤੇ ਉਹ ਰੇਪ ਹੁੰਦਾ ਵਾ, ਜਿਹੜਾ ਆਹ ਖਿੱਚੋ ਅਤੇ ਨਹੀਂ ਮਤਲਬ ਕਿ ਸਟੈਚੇਬਲ ਹੁੰਦਾ, ਇਹ ਸਿੱਧਾ ਬੰਨਾ ਹੁੰਦਾ ਵਾ। ਇਹ ਤੁਸੀਂ ਜਦੋਂ ਵੀ ਪੇਟੀਕੋਟ ਬਣਾਉਣਾ ਇੱਦਾਂ ਹੀ ਜੋੜਨਾ ਵਾ। ਆਪਾਂ ਇਹਦਾ ਕੱਢਾਂਗੇ ਹੁਣ ਬੈਲਟ, 2 ਇੰਚ ਦਾ ਬੈਲਟ ਉੱਤੇ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀ ਅਤੇ ਆਪਾਂ 2.5 ਇੰਚ ਦਾ ਆਪਾਂ ਕੱਢ ਲੈਣਾ ਵਾ ਜਿਹੜਾ ਸਿਲਾਈ ਵਿੱਚ ਆਉਣਾ ਵਾ। ਮਤਲਬ ਕਿ ਟੋਟਲ 5 ਇੰਚ ਦਾ ਕਟਾਈ ਦਾ ਕਰਨਾ ਵਾ। ਮੈਂ ਕੱਪੜਾ ਫੋਲਡ ਕੀਤਾ ਦਾ ਵਾ, ਇਹਨੂੰ ਖੋਲ੍ਹਾਂਗੇ ਆਪਾਂ, ਟੋਟਲ 5 ਇੰਚ ਦਾ ਹੋਜੂਗਾ ਤਾਂ ਹਾਫ ਕਰਾਂਗੇ 2.5 ਇੰਚ ਦਾ। ਇਸ ਤਰ੍ਹਾਂ ਤੁਸੀਂ 2 ਪੀਸ ਲੈ ਲੈਣੇ ਨੇ। ਇਹ ਤੁਹਾਨੂੰ ਪਹਿਲਾਂ ਮੈਂ ਜਿਹੜਾ ਦੱਸਿਆ ਸੀ, ਇੱਕ ਰੇਪ ਵਾਲਾ ਲੈਣਾ ਪੰਨਾ ਅਤੇ ਇੱਕ ਲੈਣਾ ਸਿੱਧਾ ਪੰਨਾ। ਇੱਕ ਕਲੀ ਇੱਦਾਂ ਹੀ ਜੋੜੀ ਦੀ ਹੈ ਪੇਟੀਕੋਟ ਦੀ। ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਦੇਖੋ ਇੱਕ ਸਾਈਡ ਮੈਂ ਜੋੜ ਲਈ ਹੈ ਅਤੇ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਜੋੜ ਲੈਣੀ ਆ। ਇਸ ਗੱਲ ਦਾ ਬਸ ਧਿਆਨ ਰੱਖਿਓ ਕਿ ਜਿਹੜਾ ਤੁਸੀਂ ਕਲੀ ਜੋੜੋਗੇ ਇੱਕ ਪੰਨੇ ਜਿਹੜਾ ਖਿੱਚਣ ਵਾਲਾ ਵਧੇਗਾ ਕੱਪੜਾ, ਉਹ ਹੁੰਦਾ ਰੇਪ ਉਹਨੂੰ ਕਹਿੰਦੇ ਆ, ਅਤੇ ਜਿਹੜਾ ਖਿੱਚੋਗੇ ਵਧੇ ਨਾ ਉਹਨੂੰ ਕਹਿੰਦੇ ਸਿੱਧਾ। ਇੱਕ ਸਿੱਧਾ ਲੈਣਾ, ਇੱਕ ਤੁਸੀਂ ਰੇਪ ਲਾਉਣਾ ਵਾ। ਇਹ ਦੇਖੋ ਆਪਾਂ ਜੋੜ ਲਿਆ ਵਾ, ਤੁਹਾਨੂੰ ਤੇਰੀ ਕਮਰ ਮੇਨਿੰਗ ਦੱਸ ਦਿੰਦੇ ਹਾਂ। ਇਹ ਜਿੰਨੀ ਵੀ ਪੇਟੀਕੋਟ ਦੀ ਕਮਰ ਕੱਢੀ ਦੀ ਹੈ ਥੋੜ੍ਹੀ ਵਧਾ ਕੇ ਕੱਟਣੀ ਹੁੰਦੀ ਹੈ ਕਿਉਂਕਿ ਸਿਲਾਈਆਂ ਵਿੱਚ ਆਈਦਾ ਹੁੰਦਾ ਵਾ। ਤੁਹਾਨੂੰ ਮੈਂ ਦੱਸਿਆ ਦੇਖੋ 26.5 ਆ ਗਈ ਹੈ ਅਤੇ ਸਾਈਡ 'ਤੇ ਸਿਲਾਈਆਂ 'ਤੇ ਆਪਾਂ ਜੋੜਨਾ ਵਾ ਫਿਰ। ਤੇਰਾ ਘੇਰਾ ਵੀ ਆ ਦੇਖੋ ਆ ਗਿਆ ਵਾ, ਜਿੰਨਾ ਆਪਾਂ ਤੁਹਾਨੂੰ ਦੱਸਿਆ 38 ਇੰਚ ਤਿਆਰ ਘੇਰਾ ਆ ਜਾਣਾ ਵਾ। ਇਹ ਦੇਖੋ 38 ਇੰਚ ਤਿਆਰ। ਇਹ 2 ਪੀਸ ਆਪਾਂ ਜੋੜ ਲੈਣੇ ਇਹਦੇ ਨਾਲ। ਆਪਾਂ ਲਾਵਾਂਗੇ ਹੁਣ ਇਹਦਾ ਬੈਲਟ। ਬੈਲਟ ਦੇ ਜਿਹੜੇ 2 ਅਲੱਗ ਅਲੱਗ ਪੀਸ ਤੁਹਾਨੂੰ ਦੱਸੇ ਸੀ ਉਹਨੂੰ ਪਹਿਲਾਂ ਜੋੜ ਲੈਣਾ, ਤੁਸੀਂ ਅਟੈਚ ਕਰ ਲੈਣਾ ਵਾ। ਇਹਨੂੰ ਸਿਲਾਈ ਲਗਾ ਕੇ ਇਹਦਾ ਅਟੈਚ ਕਰ ਲਓ। ਉਸ ਤੋਂ ਬਾਅਦ 'ਚੋਂ ਇਹਨੂੰ ਇੱਦਾਂ ਰੱਖ ਕੇ ਤੁਸੀਂ ਸਿਲਾਈ ਲਗਾ ਲਓ। ਇਸ ਤਰ੍ਹਾਂ ਤੁਸੀਂ ਸਾਰੀ ਸਿਲਾਈ ਲਗਾ ਲੈਣੀ ਬੈਲਟ। ਇਹ ਦੇਖੋ ਆਪਾਂ ਸਿਲਾਈ ਲਗਾ ਲਈ ਆ, ਇਹਨੂੰ ਇੱਥੋਂ ਆਪਾਂ ਫੋਲਡ ਕਰ ਲਓ ਥੋੜ੍ਹਾ ਥੋੜ੍ਹਾ ਕੱਪੜਾ, ਜ਼ਿਆਦਾ ਨਹੀਂ ਕਰਨਾ, ਕਮਰ ਨਹੀਂ ਤਾਂ ਘੱਟ ਜਾਏਗੀ, ਥੋੜ੍ਹਾ ਥੋੜ੍ਹਾ ਕਰਨਾ। ਇੱਧਰ ਵੀ ਤੁਸੀਂ ਇੱਦਾਂ ਹੀ ਫੋਲਡ ਕਰ ਲੈਣਾ ਵਾ। ਉਸ ਤੋਂ ਬਾਅਦ 'ਚ ਤੁਸੀਂ ਇਹਨੂੰ ਬੈਲਟ ਨੂੰ ਇੱਦਾਂ ਫੋਲਡ ਕਰਨਾ ਵਾ, ਉੱਤੇ 2 ਇੰਚ ਦਾ ਬੈਲਟ ਹੀ ਆਉਣਾ ਚਾਹੀਦਾ ਜਿੰਨਾ ਤੁਹਾਨੂੰ ਆਪਾਂ ਦੱਸਿਆ ਸੀ। ਜੇ ਵੱਧ ਆਉਂਦਾ ਥੋੜ੍ਹਾ ਜਿਹਾ ਅੰਦਰ ਫੋਲਡ ਕਰ ਲਓ। ਬਸ ਇਸੇ ਤਰ੍ਹਾਂ ਹੀ ਤੁਸੀਂ ਇਹ ਸਿਲਾਈ ਲਗਾ ਲੈਣੀ ਆ। ਜਿਹੜੀ ਤੁਸੀਂ ਸਿਲਾਈ ਲਗਾਓਗੇ, ਜਿਹੜੀ ਥੱਲੇ ਆਪਾਂ ਸਿਲਾਈ ਆਏਗੀ ਇਹਦੇ ਉੱਪਰ ਹੀ ਸਿਲਾਈ ਆਉਣੀ ਚਾਹੀਦੀ ਹੈ।
जी बारले पन्ने ताही री सफाई आएगी सिलाई दी। देखो आप बैल्ट जोड़ लिया वा तो तुम हूँ थले आप दसांगे जरा बुकरम कि लगाई दा वा जरा आप 2.5 इंच वधा के रखे और थले आप बुकरम तुम लगाना दसांगे। इनू तुम पहले ये दागा के उन्होंने मिल लेना वा कि पीस है आंदा बुकरम का उन्ना ही तुम पीस कट लेना लंबे लंबा ही 1.5 इंच चौड़ा पा तुम चाहे तो 1.25 इंच भी ला सकते हो एरी लंबाई के मुताबिक। इनू कपड़े इदा करके पहले फोल्ड कर लेना वा तो उत्ते सिलाई लगा लेनी है। यह सिलाई लगा ली है आप इनू इदा करके तुम फोल्ड कर लेना। फिर सिलाई लगाने तो बाद चो इदा फोल्ड कर लेना वा तो एक बार तुम लंबाई चेक कर लेनी कि आती दी है। फिर इनू आप सिलाई लगावे उपर बस ये तो हूँ सीधिया सिलाइया लगा देनिया वा। यह सिलाई लगाने तो बाद चो एक आप फिर इधर सैडल से सिलाई लगावे। यह देखो जी आप सिलाइया लगा लिया वा बहुत वी फिनिशिंग आ गई है। हूँ उन्होंने आप एक सिलाई रह गई जी साइड से जोड़न वाली उन्हू जोड़ लाँगे। इन्हें इतों थोड़ा जहा पक्का कर लेना उतो छड़ के बैल्ट नूं थले थोड़ा जहा छड़ के तो पक्का कर लेना वा। बस देखो जी आप सिलाई लगा ली है इस तरह पेटीकोट जरा स्टिचिंग हो जाता वा बड़ा सौखा तरीका तुम दसिया वा तो लाइक जरूर कर देना वीडियो नू तो धन्यवाद जी सारे आदा वीडियो देखने ली। बहुत वधिया गलाई च शेप भी आ गई है। देखो जी